ਮਾਲ ਚ ਸ਼ਾਪਿੰਗ ਕੀਤੀ ਸੀ ਤੇ ਮੈਂ ਕਿਹਾ ਦੇਖੋ ਸਮਝੋ ਵੀ ਕੌਣ ਦੁਨੀਆ ਦਾ ਬੰਦਾ ਮਾਲ ਚ ਸ਼ਾਪਿੰਗ ਨਹੀਂ ਕਰਦਾ ਕਹਿੰਦੇ ਸੀ ਰੈਂਡਮ ਤੁਹਾਡੇ ਕਾਰਡ ਤੋਂ ਤੁਹਾਡਾ ਨੰਬਰ ਲੈ ਕੇ ਤੁਹਾਡੇ ਆਈਡੀ ਲੈ ਕੇ ਅਸੀਂ ਪਾ ਦਿੰਦੇ ਆ ਤੁਹਾਡੀ ਲਾਟਰੀ ਨਿਕਲ ਆਈ ਕਿਉਂਕਿ ਮੇਰੇ ਘਰ ਹੀ ਮੇਰੀ ਵਾਈਫ ਨੂੰ ਫੋਨ ਆ ਗਿਆ ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਉਹ ਮੇਰੇ ਨਾਲ ਲੜ ਪਏ ਕਹਿੰਦੇ ਸਾਰੇ ਫਰਾਡ ਥੋੜਾ ਹੁੰਦੇ ਨੇ ਉਹ ਮੈਨੂੰ ਉਹਨਾਂ ਨੇ ਅੱਧਾ ਘੰਟਾ ਮਨਾਇਆ ਕੋਸ਼ਿਸ਼ ਕੀਤੀ ਵੀ ਇੱਕ ਵਾਰੀ ਚੈੱਕ ਤਾਂ ਕਰੋ ਮੈਂ ਕਿਹਾ ਕਿਹੜੀ ਚੀਜ਼ ਦਾ 25 ਲੱਖ ਨਿਕਲਿਆ ਤੁਹਾਡਾ ਕਹਿੰਦੇ ਉਹ ਮੈਨੂੰ ਕਹਿੰਦੇ ਤੁਸੀਂ ਮਾਲ 'ਚ ਸ਼ਾਪਿੰਗ ਕੀਤੀ ਸੀ ਤੇ ਮੈਂ ਕਿਹਾ ਦੇਖੋ ਸਮਝੋ ਵੀ ਕੌਣ ਦੁਨੀਆ ਦਾ ਬੰਦਾ ਮਾਲ 'ਚ ਸ਼ਾਪਿੰਗ ਨਹੀਂ ਕਰਦਾ ਕਹਿੰਦੇ ਸੀ ਰੈਂਡਮ ਤੁਹਾਡੇ ਕਾਰਡ ਤੋਂ ਤੁਹਾਡਾ ਨੰਬਰ ਲੈ ਕੇ ਤੁਹਾਡੇ ਆਈਡੀ ਲੈ ਕੇ ਅਸੀਂ ਪਾ ਦਿੰਦੇ ਹਾਂ ਤੁਹਾਡੀ ਲਾਟਰੀ ਨਿਕਲ ਆਈ ਹੈ ਉਹ ਮੈਨੂੰ ਅੱਧਾ ਘੰਟਾ ਸਮਝਾਉਣ ਨੂੰ ਲੱਗ ਗਿਆ ਵੀ ਇਹ ਫਰਾਡ ਆ ਔਰ ਅੱਗਾ ਮੈਂ ਕਿਵੇਂ ਡੀਲ ਕੀਤਾ ਮੈਨੂੰ ਪਤਾ ਖੈਰ ਚਲੋ ਘਰੇਲੂ ਗੱਲ ਹੈ ਨਹੀਂ ਆ ਜਿਹੜੇ ਬੱਚੇ ਤੁਹਾਡੇ ਸਾਹਮਣੇ ਬੈਠੇ ਨੇ ਨਾ ਜੀ ਇਹਨਾਂ 'ਚੋਂ ਬੱਚੇ ਸਾਰੇ ਸ਼ਹਿਰਾਂ ਦੇ ਨਹੀਂ ਹੋਣਗੇ ਇਹਨਾਂ 'ਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਛੋਟੇ ਟਾਊਨਸ ਤੋਂ ਜਾਂ ਪਿੰਡਾਂ 'ਚੋਂ ਆ ਕੇ ਵੀ ਇੱਥੇ ਪੜ੍ਹਦੇ ਅਤੇ ਇਹ ਤਾਂ ਪਿੰਡਾਂ 'ਚ ਚਲਾ ਗਿਆ ਮੈਂ ਜਿੱਦਾਂ ਮੰਚ ਤੋਂ ਕਹਿ ਰਹੀ ਸੀ ਸੀਡਿੰਗ ਹੋ ਰਹੀ ਹੈ ਇੱਕ ਪਿੰਡ 'ਚ ਇੱਕ ਵੀ ਬੀਜ ਬੀਜਿਆ ਗਿਆ ਤਾਂ ਆਪਣੇ ਨਾਲ ਦੇ 10 ਬੱਚਿਆਂ ਨੂੰ ਅਵੇਅਰ ਕਰੇਗਾ ਆਪਣੇ ਰਿਸ਼ਤੇਦਾਰੀ 'ਚ ਆਪਣੇ ਲੋਕਾਂ ਨੂੰ ਦੱਸੇਗਾ ਸੋ ਦਿਸ ਇਜ਼ ਦਾ ਰਾਈਟ ਵੇ ਦੇ ਹੈਵ ਅਡਾਪਟਡ ਆਲਰੇਡੀ ਦਾ ਰਾਈਟ ਵੇ ਭੁੱਗੀ ਸਾਹਿਬ ਅੱਜ ਦੇ ਰੇਟ ਵਿੱਚ ਜਿਹੜਾ ਯੂਥ ਹੈ ਕਹਿੰਦੇ ਨਾ ਕਿ ਮੋਬਾਈਲ ਦੀ ਜ਼ਿੰਦਗੀ ਦੇ ਵਿੱਚ ਜੀ ਰਿਹਾ ਉਹ ਪੜ੍ਹਾਈ ਵਾਲੀ ਜ਼ਿੰਦਗੀ ਨੂੰ ਇੰਨਾ ਧਿਆਨ ਨਹੀਂ ਦੇ ਰਿਹਾ ਪਰ ਮੋਬਾਈਲ ਦੀ ਜ਼ਿੰਦਗੀ 'ਚੋਂ ਸਿੱਖ ਸਿੱਖ ਕੇ ਸਾਈਬਰ ਕ੍ਰਾਈਮ ਵੱਲੋਂ ਜ਼ਿਆਦਾ ਵੱਧ ਰਿਹਾ ਤੁਹਾਡੇ ਹਿਸਾਬ ਨਾਲ ਅਜਿਹੀ ਮਾਪਿਆਂ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਆਪਦੇ ਬੱਚਿਆਂ ਨੂੰ ਜਿਹੜਾ ਹੈ ਕੰਟਰੋਲ ਕਰਨ ਤਾਂ ਕਿ ਅਜਿਹੀ ਜਿਹੜੀ ਸਾਈਬਰ ਕ੍ਰਾਈਮ ਦੀ ਦੁਨੀਆ ਵਧੀ ਜਾ ਰਹੀ ਹੈ ਉਸ 'ਤੇ ਇੱਕ ਨਕੇਲ ਪਾਈ ਜਾ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਲਫ਼ਜ਼ ਹੀ ਖਰਾਬ ਹੈ ਬੱਚਿਆਂ 'ਤੇ ਕੰਟਰੋਲ ਕਰਨ ਕੰਟਰੋਲ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਐਜੂਕੇਟ ਕਰਨ ਕੰਟਰੋਲ ਤੁਸੀਂ ਇੱਕ ਲੈਵਲ ਤੋਂ ਬਾਅਦ ਬੱਚੇ 'ਤੇ ਕਿਵੇਂ ਕਰ ਸਕਦੇ ਹੋ ਘਰਾਂ 'ਚ ਲੜਾਈ ਪਾਣੀ ਹੈ ਬੱਚਾ ਘਰੋਂ ਭਜਾਉਣਾ ਤੁਸੀਂ ਜਾਂ ਬੱਚਾ ਆਪਣੇ ਤੋਂ ਬਾਗੀ ਕਰਨਾ ਐਜੂਕੇਸ਼ਨ ਇਜ਼ ਦਾ ਰਾਈਟ ਵੇ ਜਿਹੜਾ ਹੁਣ ਦੇਖੋ ਸਿੰਪਲ ਗੱਲ ਆ ਅਸੀਂ ਬੱਚੇ ਵੀ ਨਹੀਂ ਕਹਿ ਸਕਦੇ ਤੇਰੇ ਕੋਲ ਮੋਬਾਈਲ ਕਿਉਂ ਹੈ ਕਿੰਨੇ ਸਕੂਲ ਕਾਲਜਿਸ ਐਸੇ ਨੇ ਜਿਹੜੇ ਤੁਹਾਨੂੰ ਕੱਲ ਦਾ ਸਾਰਾ ਸ਼ਡਿਊਲ ਮੋਬਾਈਲ ਤੇ ਭੇਜਦੇ ਨੇ ਆਨਲਾਈਨ ਸਟੱਡੀਜ਼ ਤਾਂ ਚਲੋ ਹੈ ਹੀ ਹੈ ਨੇ ਤੁਹਾਡੇ ਕੱਲ ਕਿਹੜੀ ਕਲਾਸ ਲੱਗਣੀ ਕਿੱਥੇ ਲੱਗਣੀ ਹੈ ਸਾਰਾ ਸ਼ਡਿਊਲ ਤੁਹਾਨੂੰ ਮੋਬਾਈਲ ਤੇ ਆਂਦਾ ਕਿੰਨੇ ਟੀਚਰਸ ਨੇ ਜਿਹੜੇ ਕਹਿੰਦੇ ਤੁਹਾਨੂੰ ਲੈਕਚਰ ਅੱਜ ਸ਼ਾਮੀ ਅਪਲੋਡ ਵੀ ਕਰ ਦਿਆਂਗੇ ਤੁਸੀਂ ਦੁਬਾਰਾ ਨੈਟ ਤੇ ਵੀ ਦੇਖ ਸਕਦੇ ਹੋ ਇਹ ਤੁਹਾਡੀ ਜ਼ਿੰਦਗੀ ਦਾ ਪਾਰਟ ਐਂਡ ਪਾਰਸਲ ਬਣ ਗਿਆ ਇਹਦੇ ਨਾਲੋਂ ਬੱਚੇ ਨੂੰ ਤੋੜ ਨਹੀਂ ਸਕਦੇ ਕੰਟਰੋਲ ਵੀ ਕੰਟਰੋਲ ਕਰੋਗੇ ਚੋਰੀ ਕਰੇਗਾ ਜਿੱਦਾਂ ਸਰ ਦੱਸ ਰਹੇ ਸੀ ਬਾਥਰੂਮ 'ਚ ਲੈ ਜਾਏਗਾ ਕੁੰਡੀ ਲਾ ਕੇ ਅੰਦਰ ਪੌਣਾ ਘੰਟਾ ਲੱਗਾ ਰਹੇਗਾ ਤੁਸੀਂ ਕਹੋਗੇ ਖਰੇ ਲੂਜ਼ ਮੋਸ਼ਨ ਲੱਗੇ ਚਾਰ ਚਾਰ ਵਾਰੀ ਜਾਂਦਾ ਹਨਾ ਇਹ ਰੂਮ ਬੜਾ ਜਾਂਦਾ ਵਾਸ਼ਰੂਮ ਹੁਣ ਉਹਨੇ ਵਿਚਾਰੇ ਨੇ ਅੰਦਰ ਜਾ ਕੇ ਮੋਬਾਈਲ ਚਲਾਉਣਾ ਜਿਹੜਾ ਬਾਹਰ ਚਲਾਉਣ ਨਹੀਂ ਦਿੰਦੇ ਤੁਸੀਂ ਉਹਨੂੰ ਕੰਟਰੋਲ ਨਾ ਕਰੋ ਐਜੂਕੇਟ ਕਰੋ ਕਿ ਰਾਈਟ ਐਂਡ ਰੋਂਗ ਜੇ ਬੱਚੇ ਨੂੰ ਸਮਝਾ ਦੇਵਾਂਗੇ ਨਾ ਬੱਚਾ ਤੁਹਾਡਾ ਹੀ ਹੈ ਤੁਹਾਡੀ ਗੱਲ ਜ਼ਰੂਰ ਸਮਝੇਗਾ ਅਸੀਂ ਸਾਡੇ ਕੋਲ ਟਾਈਮ ਨਹੀਂ ਹੈ ਸਾਨੂੰ ਪਤਾ ਨਹੀਂ ਕਿ ਬੱਚੇ ਨੂੰ ਐਜੂਕੇਟ ਕਿੱਦਾਂ ਕਰਨਾ ਅਸੀਂ ਸਿਰਫ ਬੱਚੇ ਨਾਲ ਜਾਂ ਲੜਦੇ ਹਾਂ ਜਾਂ ਉਹਨੂੰ ਗਾਲਾਂ ਕੱਢਦੇ ਹਾਂ ਫਿਟਕਾਰਾਂ ਪਾਉਂਦੇ ਹਾਂ ਅਸੀਂ ਬੱਚੇ ਨਾਲ ਗਲਤ ਕਰਦੇ ਹਾਂ ਉੱਥੇ ਬੱਚਾ ਸਾਡੇ ਤੋਂ ਦੂਰ ਹੋ ਜਾਂਦਾ ABP ਸੌਂਚਾ ਜੋਸ਼ ਜਜ਼ਬਾ ਜਨੂੰਨ